ਪਰਾ ਮਰਨੀ, ਮੇਰੇ ਪੈਰੀ ਹੱਥ ਲਾਉਣ ਦੀ ਕੋਈ ਲੋੜ ਨਹੀਂ। ਮੰਮੀ ਜੀ, ਆ ਮੈਂ ਖੀਰ ਬਣਾਈ ਆ ਤੁਹਾਡੇ ਵਾਸਤੇ। ਬੇ ਇੰਨੀ ਮਾੜੀ ਹੈ ਨਹੀਂ ਮੈਂ, ਜਿੰਨੀ ਤਾਂ ਬਣਾਤੀ। ਸਕੀਮ ਦੀ ਹੈ, ਕੋਈ ਮਰਜ਼ੀ ਲਾ, ਪਰ ਮੇਰੀ ਨੂੰਹ ਦੇ ਰੂਪ ਚ ਤੂੰ ਚਾਹੀਦੀ ਹੈ, ਉਹ ਨਹੀਂ ਇਸ ਘਰ ਚ। ਆਂਟੀ ਜੀ, ਆ ਫੋਟੋ ਚ ਤੁਹਾਡੇ ਨਾਲ ਕੌਣ ਆ? ਲੈ ਆਂਟੀ, ਇਸ ਵਾਰ ਤਾਂ ਮਨਪ੍ਰੀਤ ਆਪ ਬਰਬਾਦੀ ਵੱਲ ਚੱਲ ਕੇ ਆ ਰਹੀ ਹੈ। ਸਤਿ ਸ਼੍ਰੀ ਅਕਾਲ ਮਾਮਾ ਜੀ, ਪਿਆਰੀ ਪੈਣੀਆਂ। ਬਸ ਨਹੀਂ, ਕੋਈ ਲੋੜ ਨਹੀਂ ਡਰਨੇ ਕਰਨ ਦੀ, ਮੇਰੇ ਭਾਈ ਦੇ ਪੈਰੀ ਨਾ ਫਲਾਉਣ ਦੀ ਕੋਈ ਲੋੜ ਨਹੀਂ। ਨਾ ਜਦੋਂ ਕੱਢ ਕੇ ਲਿਆਤੀ ਉਹ ਤਾਂ ਤੈਨੂੰ ਫਿਕਰ ਨਹੀਂ ਸੀ ਲੋਕਾਂ ਦੀ, ਹੁਣ ਲੋਕਾਂ ਦੀ ਤੈਨੂੰ ਬਾਹਲੀ ਚਿੰਤਾ ਰਹਿੰਦੀ ਹੈ। ਮਨਪ੍ਰੀਤ, ਤੁਸੀਂ ਹੀ ਮੇਰੀ ਮਦਦ ਕਰ ਸਕਦੇ ਹੋ, ਮੈਂ ਜੱਸੀ ਦੀ ਵੱਡੀ ਭੈਣ ਗੱਲ ਕਰ ਰਹੀ ਹਾਂ। ਕੀ? ਜੱਸੀ ਦੀ ਭੈਣ? ਜਵਾਨ ਦੇਖ ਲੈ ਕੇ ਮੈਂ ਚੱਲਦੀ ਤੇਰੀ ਕੈਂਚੀ ਮੰਗੂ, ਮੇਰੇ ਨਾਲ ਜਵਾਨ ਹੀ ਲੜਾਈ ਜਾਇਆ ਕਰ, ਕੋਈ ਕੰਮ ਨਾ ਦੇਖੀ, ਕੰਮ ਨਾ ਕਰੀ ਕੋਈ, ਤੇਰੀ ਮਾਂ ਨੇ ਇਹੀ ਸਿਖਾਇਆ ਵੀ ਇਹੀ ਬੋਲੀ ਜਾਇਆ ਕਰੀ। ਨਾ ਮੇਰਾ ਕਿਹੜਾ ਦਿਮਾਗ ਖਰਾਬ ਹੈ ਵੀ ਮੈਂ ਤੈਨੂੰ ਹੀ ਬੋਲੀ ਜਾਊਂਗੀ, ਨਹੀਂ ਤੈਨੂੰ ਕੌਣ ਕਹਿੰਦਾ ਹੈ ਵੀ ਜੱਸੀ ਦੇ ਭੈਣ ਹੈ? ਮੰਮੀ ਤਾਂ ਕਹਿੰਦੇ ਵੀ ਜੱਸੀ ਦੀ ਕੋਈ ਭੈਣ ਨਹੀਂ ਹੈਗੀ, ਤੇ ਜਦੋਂ ਮੈਂ ਇਸ ਘਰ 'ਚ ਆਈ ਹਾਂ ਮੈਂ ਕਦੇ ਕੋਈ ਇਹੋ ਜਿਹੀ ਗੱਲ ਵੀ ਨਹੀਂ ਸੁਣੀ, ਫਿਰ ਇਹ ਔਰਤ ਕਿਹੜੀ ਆ ਜਿਹੜੀ ਮੈਨੂੰ ਬੇਵਕੂਫ ਬਣਾਈ ਜਾਂਦੀ ਆ? ਜੇ ਤੂੰ ਵਿਆਹ ਕੇ ਆਉਂਦੀ ਨਾ ਉਰੇ, ਮੈਂ ਤੈਨੂੰ ਸਿਉਣੇ 'ਚ ਤੋਲ ਦਿੰਦੀ। ਮੈਂ ਤਾਂ ਸੂਟ ਲੈ ਕੇ ਆਈ ਸੀ ਮਨਪ੍ਰੀਤ ਲਈ। ਤੁਸੀਂ ਕਿਉਂ? ਤੁਸੀਂ ਜਾ ਕੇ ਨਾ ਤੋਂ ਮਾਫੀ ਮੰਗੋ, ਮੈਨੂੰ ਨਹੀਂ ਪਤਾ ਹੈਗਾ ਬਸ। ਦੇਖਿਆ ਆਂਟੀ ਤੁਸੀਂ ਮੇਰੀ ਸਕੀਮ? ਹਾਂ ਮਨਪ੍ਰੀਤ ਹੈਗੀ ਸੀ ਮੇਰੀ ਭੈਣ, ਪਰ ਤੈਨੂੰ ਇਹ ਸਭ ਕੁਝ ਕਿਵੇਂ ਪਤਾ? ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਮੈਨੂੰ ਕਿਵੇਂ ਪਤਾ ਲੱਗਿਆ। ਸਾਰਾ ਸਮਾਨ ਤਾਂ ਪਾ ਲਿਆ, ਡਾਕੂਮੈਂਟ ਵੀ ਪਾ ਲਿਆ ਸਾਰੇ। ਆਲੋ ਜੱਸੀ, ਤੁਹਾਡੀ ਚਾਹ ਲਓ ਜੀ, ਫੜਾਓ। ਮੈਂ ਤੁਹਾਡੀ ਰੋਟੀ। ਓ ਮਨਪ੍ਰੀਤ, ਉਰੇ ਤਾਂ ਯਾਰ ਗੱਲ ਕਰਨੀ ਮੈਂ ਤੇਰੇ ਨਾਲ ਇੱਕ। ਕੀ ਗੱਲ ਕਰਨੀ ਆ? ਓ ਬੈਠੋ ਤਾਂ ਸਹੀ, ਫੇਰ ਹੀ ਦੱਸਦਾ ਤੁਹਾਨੂੰ। ਮਨਪ੍ਰੀਤ, ਮੈਂ ਸੋਥੋ ਯਾਰ ਰਾਤ ਵੀ ਪੁੱਛਿਆ ਸੀ ਨਾ, ਹੁਣ ਵੀ ਪੁੱਛ ਰਿਹਾ, ਤੁਹਾਨੂੰ ਯਾਰ ਇਹ ਸਾਰੀ ਗੱਲ ਦਾ ਪਤਾ ਕਿਵੇਂ ਲੱਗਿਆ? ਜੱਸੀ, ਮੈਂ ਵੀ ਹੁਣ ਇਸ ਘਰ ਦਾ ਹਿੱਸਾ, ਤੁਹਾਨੂੰ ਕੀ ਲੱਗਦਾ ਵੀ ਜੇ ਤੁਸੀਂ ਮੇਰੇ ਤੋਂ ਗੱਲ ਲੁਕੋਲੋਗੇ ਤਾਂ ਮੈਨੂੰ ਇਹ ਗੱਲ ਪਤਾ ਨਹੀਂ ਲੱਗਣੀ ਸੀ? ਮਨਪ੍ਰੀਤ, ਫਿਰ ਵੀ ਯਾਰ ਮੈਂ ਤਾਂ ਇਹ ਸੋਚੀ ਇੰਨਾ ਵੀ ਤੁਹਾਨੂੰ ਪਤਾ ਤਾਂ ਲੱਗਿਆ ਕਿਵੇਂ? ਗੱਲ ਇਹ ਨਹੀਂ ਹੋ ਰਹੀ ਵੀ ਮੈਂ ਇਹ ਸਾਰਾ ਕੁਛ ਕਿਵੇਂ ਜਾਣਦੀ ਹਾਂ ਅਤੇ ਮੈਨੂੰ ਪਤਾ ਕਿਵੇਂ ਲੱਗਿਆ, ਗੱਲ ਤਾਂ ਇਹ ਹੋ ਰਹੀ ਆ ਵੀ ਤੁਸੀਂ ਮੈਨੂੰ ਕੁਛ ਦੱਸਣਾ ਜ਼ਰੂਰੀ ਨਹੀਂ ਸਮਝਿਆ, ਤੁਸੀਂ ਵੀ ਮੇਰੇ ਤੋਂ ਗੱਲਾਂ ਲੁਕਾਉਂਦੇ ਹੋ। ਉਹ ਮਨਪ੍ਰੀਤ, ਇਹੋ ਜਿਹੀ ਗੱਲ ਨਹੀਂ ਸੀ ਯਾਰ, ਮੈਂ ਉਸ ਸਮੇਂ ਨਾ ਕਾਫੀ ਛੋਟਾ ਸੀ ਅਤੇ ਮੁੜ ਕੇ ਇਹ ਗੱਲ ਦਾ ਜ਼ਿਕਰ ਵੀ ਨਹੀਂ ਹੋਇਆ ਹੈਗਾ। ਬਾਕੀ ਸੋਰੀ ਮਨਪ੍ਰੀਤ, ਅੱਗੇ ਦੁਬਾਰਾ ਤੁਹਾਡੇ ਤੋਂ ਮੈਂ ਕੋਈ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਗੱਲ ਨਹੀਂ ਲੁਕਾਉਂਦਾ ਹੈਗਾ ਅਤੇ ਤੁਹਾਨੂੰ ਹਰ ਗੱਲ ਦੱਸਿਆ ਕਰੂੰਗਾ, ਅਤੇ ਬਾਕੀ ਹੁਣ ਤੁਸੀਂ ਗੁੱਸਾ ਨਾ ਕਰੋ, ਠੀਕ ਆ? ਠੀਕ ਆ, ਹਾਂਜੀ। ਚੱਲ ਇਹ ਗੱਲ ਤਾਂ ਮੈਂ ਸੰਭਾਲ ਲਈ, ਜੱਸੀ ਨੂੰ ਸ਼ੱਕ ਵੀ ਨਹੀਂ ਹੋਇਆ ਕਿ ਮੈਨੂੰ ਇਹ ਸਭ ਕਿਵੇਂ ਪਤਾ ਲੱਗਿਆ, ਪਰ ਹੁਣ ਸਭ ਤੋਂ ਪਹਿਲਾਂ ਮੈਨੂੰ ਇਹ ਪਤਾ ਕਰਨਾ ਵੀ ਦੀਦੀ ਨੂੰ ਮੇਰੀ ਕੀ ਮਦਦ ਚਾਹੀਦੀ। ਜੱਸੀ ਬੇ, ਬੇ ਜੱਸੀ, ਲੈ ਬੀਬੀ ਦੀ ਆਵਾਜ਼ ਆ। ਮਨਾ ਰਾਮਨ ਪੁੱਤ, ਰੁਕ, ਕਿੱਥੇ ਜਾਨੀ ਆ ਤੂੰ? ਜੱਸੀ ਬੇ, ਬੇ ਜੱਸੀ, ਬਾਹਰ ਨਿਕਲ। ਉਹ ਹਾਂ ਬੇਬੇ, ਕੀ ਹੋ ਗਿਆ, ਕਿਹੜੀ ਗੱਲ ਦਾ ਗਾਹ ਪਾਰ ਕੇ ਤੁਸੀਂ ਨੇ? ਮੈਂ ਕਹਿੰਦਾ ਗਾਹ ਪਾਏ, ਗਾਹ ਤਾਂ ਛੋਟਾ ਪਾਇਆ ਹੋਇਆ, ਆ ਤੇਰੀ ਤੀਵੀ ਨੇ ਪਾਇਆਗਾ। ਮੰਮੀ ਜੀ, ਕੀ ਬਾਜ਼ਾਰ ਧਨੀਆਂ ਪਾਈ ਜਾਂਦੇ ਹੋ, ਸਾਫ਼ ਸਾਫ਼ ਦੱਸੋ ਮੈਂ ਕੀ ਕਰਤਾ ਇਹੋ ਜਿਹਾ? ਆ ਸਾਰੇ ਕੰਡੀ ਤੇਰੇ ਬੀਜੇ ਹੋਏ ਨੇ, ਆ ਕੁੜੀ ਘਰ ਛੱਡ ਕੇ ਜਾ ਰਹੀ ਹੈਗੀ, ਹਲੇ ਕਹਿੰਦੀ ਮੈਂ ਕੀ ਕੀਤਾ? ਨਹੀਂ ਨਹੀਂ ਆਂਟੀ ਜੀ, ਤੁਸੀਂ ਮਨਪ੍ਰੀਤ ਨੂੰ ਨਾ ਕੁਛ ਬੋਲੋ, ਮੈਂ ਆਪਦੀ ਮਰਜ਼ੀ ਨਾਲ ਜਾ ਰਹੀ ਹਾਂ। ਪਰ ਦੀਦੀ, ਮੈਂ ਤਾਂ ਤੁਹਾਨੂੰ ਕੁਛ ਕਿਹਾ ਹੀ ਨਹੀਂ। ਦੇਖ ਕਿੰਨੀ ਭੋਲੀ ਬਣਦੀ ਹੈ, ਇਹ ਤੇਰੇ ਕਰਕੇ ਜਾਂਦੀ ਹੈ, ਇਹਦੇ ਘਰ ਦੇ ਮੈਨੂੰ ਕੀ ਕਹਿਣਗੇ, 2 ਮਹੀਨੇ ਰੱਖ ਕੇ ਕੁੜੀ ਨੂੰ ਪੜ੍ਹਾ ਵੀ ਨਹੀਂ ਸਕੀ। ਉਹ ਬੇਬੇ, ਤੁਸੀਂ ਤਾਂ ਉਹੀ ਗੱਲ ਨੂੰ ਵਧਾਈ ਜਾਂਦੇ ਹੋ, ਰਮਨ ਗੱਲ ਦੱਸੋ ਕੀ ਹੋਇਆ, ਕੀ ਕਿਹਾ ਮਨਪ੍ਰੀਤ ਨੇ ਤੁਹਾਨੂੰ? ਨਹੀਂ ਨਹੀਂ ਜੱਸੀ, ਕੋਈ ਗੱਲ ਨਹੀਂ ਹੋਈ ਹੈਗੀ, ਤੁਹਾਨੂੰ ਪਤਾ ਤਾਂ ਹੈ ਆਂਟੀ ਦੇ ਸੁਭਾਅ ਦਾ।
ਤੈਂ ਨਹੀਂ ਦੱਸਣਾ ਨਾ ਦੱਸ ਜੱਸੀ, ਮੈਂ ਦੱਸਦੀ ਹਾਂ ਤੈਨੂੰ। ਆਹ ਤੇਰੇ ਘਰ ਵਾਲੀ ਕਹਿੰਦੀ ਨਾ ਮੈਥੋਂ ਨੀ ਇਹ ਕੁੜੀ ਦੀਆਂ ਰੋਟੀਆਂ ਪੱਕਦੀਆਂ, ਉਦੋਂ ਤਾਂ ਬੜਾ ਕਹਿੰਦੀ ਤੀ ਮੈਂ ਕਰੂੰਗੀ ਕੰਮ, ਮੈਂ ਕਰੂੰਗੀ, ਹੁਣ ਕਿਉਂ ਨੀ ਬਣਦਾ ਫਿਰ? ਪਰ ਇਹੋ ਜਿਹੀ ਤਾਂ ਕੋਈ ਗੱਲ ਹੀ ਨੀ ਹੋਈ ਸੀ, ਇਹ ਮੰਮੀ ਕੀ ਬੋਲ ਰਹੇ ਨੇ? ਉਹ ਬੇਬੇ ਮਨਪ੍ਰੀਤ ਐਂ ਕਿਉਂ ਬੋਲੂਗੀ ਭਲਾਂ ਦੀ? ਹਾਂਜੀ ਮੰਮੀ, ਜੱਸੀ ਸਹੀ ਕਹਿੰਦੇ ਨੇ, ਮੈਂ ਭਲਾ ਇੱਦਾਂ ਕਿਉਂ ਬੋਲੂਗੀ, ਨਾਲੇ ਮੈਨੂੰ ਕੀ ਲੋੜ ਆਈ ਬੋਲਣ ਦੀ? ਨਾ ਫਿਰ ਮੈਂ ਝੂਠ ਬੋਲਦੀ ਆ, ਕਿੱਦਾਂ ਖੁਸ਼ ਹੋ ਕੇ ਰੋਟੀ ਫੜਾਈ ਜਾਨੂੰ ਥਾਲ ਚ ਪਾ ਕੇ? ਕੋਈ ਗੱਲ ਨੀ ਆਂਟੀ ਜੀ, ਮੈਂ ਨੀ ਚਾਹੁੰਦੀ ਹੈਗੀ ਵੀ ਜੱਸੀ ਤੇ ਮਨਪ੍ਰੀਤ ਮੇਰੇ ਕਰਕੇ ਲੜਾਈ ਹੋਵੇ ਜਾਂ ਤੁਹਾਡੇ ਨਾਲ ਕੋਈ ਲੜਾਈ ਹੋਵੇ, ਇਸ ਤੋਂ ਚੰਗਾ ਮੈਂ ਹੀ ਘਰੋਂ ਚਲੀ ਜਾਂਦੀ ਹਾਂ, ਮੇਰੀ ਪੜ੍ਹਾਈ ਤੁਹਾਡੀ ਖੁਸ਼ੀ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਹੈਗੀ। ਕੀ ਹੋ ਗਿਆ ਜੇ ਮੈਂ ਇੱਥੇ ਰਹਿ ਕੇ ਪੜ੍ਹ ਨਹੀਂ ਸਕੀ? ਪਰ ਕੋਈ ਗੱਲ ਨਹੀਂ, ਮੇਰੇ ਇੱਥੋਂ ਜਾਣਾ ਹੀ ਠੀਕ ਆ। ਰਮਨ, ਤੁਸੀਂ ਕਿਤੇ ਨਹੀਂ ਜਾਓਗੇ ਯਾਰ, ਮੇਰੀ ਗੱਲ ਸੁਣੋ। ਰਮਨ, ਮਨਪ੍ਰੀਤ ਤੁਹਾਡੇ ਤੋਂ ਮਾਫ਼ੀ ਮੰਗਣਗੇ, ਕੀ ਗੱਲ ਹੋਈ ਆ ਉਹ ਤਾਂ ਮੈਨੂੰ ਪਤਾ ਨਹੀਂ ਹੈਗੀ, ਪਰ ਜੇ ਗੱਲ ਨਾ ਤੁਹਾਡੀ ਪੜ੍ਹਾਈ ਦੀ ਆ ਤਾਂ ਮੈਂ ਤੁਹਾਡੀ ਪੜ੍ਹਾਈ ਨਾ ਅੱਧ ਵਿਚਕਾਰ ਛੱਡ ਕੇ ਤੁਹਾਨੂੰ ਜਾਣ ਨਹੀਂ ਦੇ ਸਕਦਾ। ਨਹੀਂ ਜੱਸੀ, ਮੈਂ ਪੜ੍ਹਾਈ ਕਿਤੇ ਹੋਰ ਕਰ ਲੂੰਗੀ, ਹੁਣ ਮੈਂ ਇਹ ਘਰ ਤੇ ਤੁਹਾਡੇ ਤੇ ਬੋਝ ਨਹੀਂ ਬਣ ਸਕਦੀ। ਕੌਣ ਕਹਿੰਦਾ ਪੁੱਤ ਤੈਨੂੰ ਤੂੰ ਬੋਝ ਹੈਗੀ, ਨਾਲੇ ਤੂੰ ਕਿਹੜਾ ਫਿਰੀ ਰਹਿਣੀ ਆ, ਕਰਾਇਆ ਦਿੰਦੀ ਆ, ਤੂੰ ਕਿਵੇਂ ਖੜੀ ਆ ਪੁੱਤ ਬਣੀ? ਮਾਫ਼ੀ ਮੰਗ ਕੁੜੀ ਤੋਂ। ਹਾਂ ਮਨਪ੍ਰੀਤ, ਬੇਬੇ ਸਹੀ ਕਹਿੰਦੀ ਯਾਰ, ਤੁਸੀਂ ਮਾਫ਼ੀ ਮੰਗੋ ਰਮਨ ਤੋਂ, ਜੇ ਰਮਨ ਬੇਬੇ ਦੀ ਰਿਸ਼ਤੇਦਾਰੀ 'ਚੋਂ ਆ ਤਾਂ ਆਪਣੀ ਵੀ ਫਿਰ ਰਿਸ਼ਤੇਦਾਰੀ ਲੱਗੀ। ਰਮਨ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਹੁੰਦੀ ਨਾ ਤਾਂ ਮੈਨੂੰ ਦੱਸ ਦਿਆ ਕਰੋ, ਪਰ ਤੁਸੀਂ ਆਪਦੀ ਪੜ੍ਹਾਈ 'ਤੇ ਧਿਆਨ ਦਿਓ। ਮਨਪ੍ਰੀਤ, ਮੈਂ ਕੁਝ ਕਿਹਾ ਯਾਰ ਤੁਹਾਨੂੰ? ਜੱਸੀ, ਮੈਂ ਮਾਫ਼ੀ ਕਿਹੜੀ ਗੱਲੋਂ ਮੰਗਾਂ, ਅੱਜ ਤੱਕ ਨਾ ਤਾਂ ਸਾਡੀ ਕੋਈ ਇਹੋ ਜਿਹੀ ਗੱਲ ਹੋਈ ਹੈ ਤੇ ਨਾ ਮੈਂ ਕਰੂੰਗੀ, ਮੈਨੂੰ ਲੋੜ ਕੀ ਇਹੋ ਜਿਹੀ ਗੱਲ ਕਰਨ ਦੀ? ਮਨਪ੍ਰੀਤ, ਮੈਂ ਤੁਹਾਨੂੰ ਕਹਿਤਾ ਨਾ ਮਾਫ਼ੀ ਮੰਗੋ ਤਾਂ ਮਤਲਬ ਮੰਗੋ। ਰਮਨ ਦੀਦੀ, ਮੈਂ ਹੱਥ ਜੋੜ ਕੇ ਮਾਫ਼ੀ ਮੰਗਦੀ ਹਾਂ, ਵੈਸੇ ਮੇਰੀ ਕੋਈ ਗਲਤੀ ਤਾਂ ਹੈ ਨਹੀਂ, ਪਰ ਫਿਰ ਵੀ ਮੈਨੂੰ ਮਾਫ਼ ਕਰ ਦਿਓ ਜੇ ਤੁਹਾਨੂੰ ਕਿਸੇ ਵੀ ਗੱਲ ਦਾ ਬੁਰਾ ਲੱਗਿਆ ਮੇਰੀ ਦਾ। ਨਹੀਂ ਨਹੀਂ ਮਨਪ੍ਰੀਤ, ਤੁਸੀਂ ਮਾਫ਼ੀ ਨਾ ਮੰਗੋ, ਤੁਸੀਂ ਤਾਂ ਮੇਰੇ ਭੈਣਾਂ ਵਰਗੇ ਹੋ, ਬਸ ਤੁਸੀਂ ਕਿਤੇ ਨਹੀਂ ਜਾਓਗੇ, ਇੱਥੇ ਹੀ ਰਹੋਗੇ ਤੁਸੀਂ। ਮਨਪ੍ਰੀਤ, ਜਿਹੜਾ ਪਿਛਲੇ ਦਿਨਾਂ ਤੋਂ ਕੁਛ ਸਾਰਾ ਕੁਛ ਹੋ ਰਿਹਾ ਨਾ, ਮੈਨੂੰ ਤੁਹਾਡੇ ਤੋਂ ਇਹੋ ਜਿਹੀ ਉਮੀਦ ਨਹੀਂ ਸੀ ਵੀ ਤੁਸੀਂ ਆਹ ਕੁਛ ਕਰੋਗੇ। ਦੇਖਿਆ ਆਂਟੀ ਜੀ, ਆਪਣੀ ਸਕੀਮ ਇੰਨੀ ਮਾੜੀ ਵੀ ਨਹੀਂ ਸੀ, ਨਿੱਕੀ ਜਿਹੀ ਗੱਲ ਤਾਂ ਪਹਾੜ ਕੇ ਬਣਾਉਣਾ, ਇਹ ਤਾਂ ਕੋਈ ਤੁਹਾਡੇ ਤੋਂ ਸਿੱਖੇ। ਜਿਵੇਂ ਜੱਸੀ ਨੇ ਮੈਨੂੰ ਅੱਜ ਇਸ ਘਰ 'ਚ ਰਹਿਣ ਲਈ ਰੋਕਿਆ ਨਾ, ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਮੈਨੂੰ ਆਪਦੀ ਜ਼ਿੰਦਗੀ ਵਿੱਚ ਹਮੇਸ਼ਾ ਹਮੇਸ਼ਾ ਲਈ ਰੱਖੂਗਾ। ਜੱਸੀ, ਸੱਚੀ ਇਹੋ ਜਿਹੀ ਕੋਈ ਗੱਲ ਨਹੀਂ ਆ, ਮੈਂ ਤੁਹਾਨੂੰ ਕਦੋਂ ਦੀ ਕਹੀ ਜਾਂਦੀ ਹਾਂ, ਇਹ ਸਾਰੇ ਨਾ ਬਸ ਮੇਰੇ ਤੇ ਝੂਠੇ ਇਲਜ਼ਾਮ ਲਾਏ ਜਾਂਦੇ ਨੇ। ਮਨਪ੍ਰੀਤ, ਪਹਿਲਾਂ ਸੂਟ ਵਾਲੀ ਗੱਲ ਤੇ ਹੁਣ ਆਹ ਸਭ ਕੁਝ, ਯਾਰ ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਸੱਚ ਆ ਕੀ ਝੂਠ ਆ, ਪਰ ਯਾਰ ਤੁਸੀਂ ਨਾ ਮਨਪ੍ਰੀਤ ਬੇਬੇ ਨੂੰ ਮੌਕਾ ਨਾ ਦਿਆ ਕਰੋ ਵੀ ਉਹ ਤੁਹਾਡੇ ਦੇ ਇਲਜ਼ਾਮ ਲਾਉਣ। ਮੈਨੂੰ ਪਤਾ ਤੁਸੀਂ ਮੈਨੂੰ ਮਾਫ਼ੀ ਮੰਗਣ ਲਈ ਵੀ ਨਹੀਂ ਕਹਿਣਾ ਸੀ, ਪਰ ਬੇਬੇ ਹੁਣੀ ਗੱਲ ਹੀ ਇਹੋ ਜਿਹੀ ਕਰ ਦਿੰਦੇ ਆ ਵੀ ਤੁਸੀਂ ਵੀ ਉਹਨਾਂ ਦੇ ਨਾਲ ਖੜੇ ਹੋ ਜਾਂਦੇ ਤੇ ਮੇਰੇ ਉਲਟ ਹੋ ਜਾਂਦੇ ਹੋ। ਮੈਂ ਤੁਹਾਡੀ ਸਾਰੀ ਗੱਲ ਸਮਝ ਸਕਦੀ ਹਾਂ, ਪਰ ਪਲੀਜ਼ ਤੁਸੀਂ ਮੈਨੂੰ ਗਲਤ ਨਾ ਸਮਝੋ। ਮੈਨੂੰ ਪਤਾ ਮਨਪ੍ਰੀਤ ਯਾਰ ਤੁਸੀਂ ਕਿਸੇ ਦਾ ਬੁਰਾ ਨਹੀਂ ਸੋਚ ਸਕਦੇ, ਪਰ ਬਸ ਤੁਸੀਂ ਐਂ ਸੋਚਿਆ ਕਰੋ ਵੀ ਘਰ ਵਿੱਚ ਕਲੇਸ਼ ਨਾ ਹੋਵੇ, ਇਹੀ ਚੰਗਾ। ਗੱਲ ਰਮਨ ਦੀ ਪੜ੍ਹਾਈ ਦੀ ਸੀ, ਮੈਂ ਤਾਂ ਮਾਫ਼ੀ ਮੰਗ ਲਈ, ਨਹੀਂ ਤਾਂ ਮੈਂ ਬਿਨਾਂ ਵਜ੍ਹਾ ਤੋਂ ਮਾਫ਼ੀ ਕਿਉਂ ਮੰਗਦੀ? ਇੱਕ ਤੁਹਾਡੇ ਕਰਕੇ ਮੰਗੀ ਹੈ ਮਾਫ਼ੀ, ਵੀ ਫਿਰ ਮੰਮੀ ਨੂੰ ਮੌਕਾ ਮਿਲ ਜੂ ਹੋਰ ਕਹਿਣ ਦਾ, ਵੀ ਇਹ ਤਾਂ ਜੱਸੀ ਦੇ ਆਖੇ ਵੀ ਨਹੀਂ ਲੱਗਦੀ। ਚਲੋ ਮੈਂ ਤੁਹਾਡੀ ਰੋਟੀ ਬਣਾ ਦਾਂ, ਤੁਸੀਂ ਪਹਿਲਾਂ ਹੀ ਬਹੁਤ ਲੇਟ ਹੋ ਗਏ। ਹਾਂ ਚਲ ਕੋਈ ਨਾ ਮਨਪ੍ਰੀਤ, ਨਾਲੇ ਮੈਂ ਰਮਨ ਦੀ ਰੋਟੀ ਵੀ ਬਣਾ ਦਿੰਦੀ ਹਾਂ। ਹਾਂਜੀ ਬਣਾ ਦਿਓ।
ਫਿਰ ਐਵੇਂ ਮੰਮੀ ਫਿਰ ਬੋਲੂਗੀ ਵੀ ਹੁਣ ਵੀ ਇਹਨੂੰ ਰੋਟੀ ਟੁੱਕ ਦਾ ਪਤਾ ਨਹੀਂ ਹੈਗਾ, ਟਾਈਮ ਕਿੰਨਾ ਹੋਇਆ ਪਿਆ, ਬਣਾਈ ਨਹੀਂ ਹੈਗੀ, ਮੁੰਡਾ ਲੇਟ ਹੋ ਗਿਆ। ਤਾਂ ਸਮਝ ਨਹੀਂ ਆਉਂਦੀ ਵੀ ਮੰਮੀ ਨੂੰ ਲੋੜ ਕੀ ਪਈ ਸੀ ਰਮਨ ਅੱਗੇ ਆਪਣੇ ਘਰ ਦੀ ਗੱਲ ਕਰਨ ਦੀ। ਮੰਮੀ ਤਾਂ ਇਹ ਵੀ ਨਹੀਂ ਸੋਚਦੇ ਵੀ ਮੈਂ ਆਪਣੇ ਘਰ ਦਾ ਤਮਾਸ਼ਾ ਆਪ ਹੀ ਬਣਾ ਰਹੀ ਹਾਂ। ਪਰ ਸੋਚਣਗੇ ਵੀ ਕਿਉਂ, ਇਹਨਾਂ ਨੇ ਮਾੜੀ ਤਾਂ ਮੈਨੂੰ ਦਿਖਾਉਣਾ ਹੁੰਦਾ ਨਾ ਵੀ ਮਨਪ੍ਰੀਤ ਕਲੇਸ਼ ਕਰਦੀ ਆ। ਨਾਲੇ ਐਡੀ ਤਾਂ ਗੱਲ ਵੀ ਨਹੀਂ ਸੀ ਜਿੱਡੀ ਗੱਲ ਇਹਨਾਂ ਨੇ ਜੱਸੀ ਸਾਹਮਣੇ ਬਣਾ ਕੇ ਪੇਸ਼ ਕਰਤੀ। ਉਹ ਸੱਚ ਇਹਨਾਂ ਗੱਲਾਂ ਦੇ ਚੱਕਰਾਂ 'ਚ ਤਾਂ ਮੈਂ ਇਹੀ ਭੁੱਲ ਗਈ ਵੀ ਮੈਂ ਦੀਦੀ ਨੂੰ ਫੋਨ ਕਰਨਾ ਸੀ। ਪਰ ਹੁਣ ਮੈਂ ਇਸ ਵੇਲੇ ਫੋਨ ਕਰਾਂ ਕਿ ਨਾ, ਉਹਨਾਂ ਦਾ ਵੀ ਕੰਮਾਂ ਧੰਦੇ ਦਾ ਟਾਈਮ ਹੋਣਾ, ਹੁਣ ਨਹੀਂ ਲਾਉਂਦੀ। ਜੱਸੀ ਨੂੰ ਆਫਿਸ ਭੇਜ ਕੇ ਫੇਰ ਹੀ ਗੱਲ ਕਰਦੀ ਉਹਨਾਂ ਨਾਲ। ਮਨਪ੍ਰੀਤ ਇੱਕ ਤਾਂ ਨਾ ਜੱਸੀ ਵੀ ਬਸ ਮਸਾਂ ਕੰਮ ਕਰ ਨਿਬੜਿਆ, ਸੁਬਹਾ ਤੋਂ ਉੱਠੀ ਦਾ ਦੁਪਹਿਰ ਤੱਕ ਕੰਮਾਂ 'ਚ ਸੁਰਤ ਬੰਦ ਲਈ ਰਹਿੰਦੀ ਆ। ਆਈ ਕਰਦੀ ਹਾਂ ਹੁਣ ਲਾਉਂਦੀ ਹਾਂ ਭੈਣ ਨੂੰ ਫੋਨ, ਨਾਲੇ ਕਿਤੇ ਮੰਮੀ ਵੀ ਨਹੀਂ ਦਿਸਦੀ ਹੁਣ ਤਾਂ। ਇੱਕ ਤਾਂ ਮੈਨੂੰ ਉਹਦਾ ਨੰਬਰ ਵੀ ਨਹੀਂ ਪਤਾ ਕਿਹੜਾ ਸੀ, ਮੈਂ ਕਿਹੜਾ ਸੇਵ ਕੀਤਾ। ਆਹੀ ਲੱਗਦਾ ਲਾ ਦਿੰਦੀ ਹਾਂ। ਹੈਲੋ, ਹਾਂ ਮਨਪ੍ਰੀਤ, ਕਰ ਲਿਆ ਪਤਾ, ਹੋ ਗਿਆ ਯਕੀਨ? ਹਾਂਜੀ ਦੀਦੀ, ਯਕੀਨ ਤਾਂ ਮੈਨੂੰ ਹੋ ਗਿਆ। ਪਰ ਤੁਸੀਂ ਹੁਣ ਮੈਨੂੰ ਇਹ ਤਾਂ ਦੱਸ ਦਿਓ ਵੀ ਤੁਹਾਨੂੰ ਮੇਰੇ ਤੋਂ ਕੀ ਮਦਦ ਚਾਹੀਦੀ ਸੀ, ਨਾ ਤੁਸੀਂ ਮੈਨੂੰ ਇਹ ਦੱਸਿਆ ਵੀ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲਿਆ। ਹਾਂਜੀ, ਸੱਚ ਤਾਂ ਹੁਣ ਤੁਹਾਨੂੰ ਪਤਾ ਚੱਲ ਹੀ ਗਿਆ, ਹੁਣ ਮੈਂ ਤੁਹਾਨੂੰ ਸਭ ਦੱਸਦੀ ਹਾਂ। ਮੰਨਦੀਆਂ ਮੰਨਦੀ ਮੇਰੇ ਤੋਂ ਗਲਤੀ ਹੋਈ ਆ, ਪਰ ਮੈਂ ਵਾਪਸ ਆਉਣਾ ਚਾਹੁੰਦੀ ਹਾਂ। ਮੈਂ ਜੱਸੀ ਅਤੇ ਮਾਸੀ ਜੀ ਨਾਲ ਪਹਿਲਾਂ ਵਾਂਗ ਬੈਠ ਕੇ ਦੁੱਖ ਸੁੱਖ ਸਾਂਝੇ ਕਰਨਾ ਚਾਹੁੰਦੀ ਹਾਂ। ਦੀਦੀ ਮੈਂ ਜੱਸੀ ਨਾਲ ਗੱਲ ਤਾਂ ਕੀਤੀ ਸੀ, ਪਰ ਜਦੋਂ ਜੱਸੀ ਨੇ ਤੁਹਾਡੇ ਬਾਰੇ ਕੋਈ ਵੀ ਗੱਲ ਕੀਤੀ ਨਾ ਮੇਰੇ ਨਾਲ, ਮੈਂ ਅੱਜ ਵੀ ਉਹਦੀਆਂ ਅੱਖਾਂ 'ਚ ਉਹੀ ਪਿਆਰ ਦੇਖਿਆ ਜਿਹੜਾ ਤੁਸੀਂ ਇਦੋਂ ਪਹਿਲਾਂ ਆਪ ਦੇਖਦੇ ਹੋਵੋਗੇ ਉਹਦੀਆਂ ਅੱਖਾਂ 'ਚ ਪਿਆਰ। ਇੰਨੇ ਸਾਲ ਪਹਿਲਾਂ ਜਿਹੜਾ ਕੁਛ ਵੀ ਤੁਸੀਂ ਕੀਤਾ ਉਹ ਤਾਂ ਤੁਹਾਡੀ ਗਲਤੀ ਆ ਦੀਦੀ, ਤੁਸੀਂ ਉਦੋਂ ਸੋਚ ਸਮਝ ਕੇ ਕਰਨਾ ਸੀ ਜੋ ਵੀ ਕੀਤਾ। ਮਨਪ੍ਰੀਤ, ਮੈਂ ਉਹ ਪਿਆਰ ਉਹ ਪਰਿਵਾਰ ਵਾਪਸ ਚਾਹੁੰਦੀ ਹਾਂ, ਪਲੀਜ਼ ਮੇਰੀ ਹੈਲਪ ਕਰ ਦਿਓ। ਮਨਪ੍ਰੀਤ, ਮਨਪ੍ਰੀਤ ਕਿੱਧਰ ਭੱਗ ਗਈ ਮਨਪ੍ਰੀਤ? ਨਾ ਇੱਧਰ ਆ, ਰਸੋਈ 'ਚ ਦੇਖਦਾ। ਮਨਪ੍ਰੀਤ ਇੱਧਰ ਵੀ ਨਹੀਂ ਹੈਗੀ, ਗਈ ਤਾਂ ਗਈ ਕਿੱਧਰ? ਲੈ ਉਹ ਖੜੀ ਆ ਕੋਠੇ 'ਤੇ। ਮਨਪ੍ਰੀਤ ਮੈਂ ਆਵਾਜ਼ਾਂ ਮਾਰੀ ਜਾਂਦਾ। ਲੈ ਮਨਪ੍ਰੀਤ ਤੁਸੀਂ ਇੱਥੇ ਫਿਰਦੋ ਯਾਰ, ਮੈਂ ਦੇਖੀ ਕਰਦਾ ਆਵਾਜ਼ਾਂ ਮਾਰੀ ਨਾ ਤੁਹਾਨੂੰ। ਨਾਲੇ ਕੀ ਹੋ ਗਿਆ, ਹੈਰਾਨ ਜੋ ਕਿ ਤੁਸੀਂ ਮੈਨੂੰ ਦੇਖ ਕੇ, ਨਾਲੇ ਫੋਨ ਕਿਹਦਾ ਆਇਆ ਸੀ? ਨਹੀਂ ਨਹੀਂ, ਮੈਂ ਹੈਰਾਨ ਕਿਉਂ ਹੋਣਾ, ਫੋਨ ਤਾਂ ਵੀਰੇ ਦਾ ਆਇਆ ਸੀ। ਮੈਂ ਕਿਹਾ ਚੱਲ ਸਾਰੇ ਕੰਮ ਕਰ ਨਿਬੜ ਗਏ, ਹਵਾ ਵਧੀਆ ਚੱਲਦੀ ਸੀ, ਮੈਂ ਕੋਠੇ 'ਤੇ ਆ ਗਈ ਗੱਲ ਕਰਦੀ ਕਰਦੀ। ਨਾਲ ਤੁਸੀਂ ਕਿਵੇਂ ਆ ਗਏ? ਉਹ ਅੱਜ ਹਾਫ ਡੇ ਸੀ, ਮੈਂ ਚਲੋ ਜਲਦੀ ਕਰ ਚੱਲਦੇ ਹਾਂ ਘਰੇ। ਮੈਂ ਚੱਲ ਘਰੇ ਜਾ ਕੇ ਮਨਪ੍ਰੀਤ ਨਾਲ ਕਰਦੇ ਹਾਂ ਗੱਲਾਂ ਬਾਤਾਂ, ਬਹੁਤ ਟਾਈਮ ਹੋ ਗਿਆ ਮੈਂ ਹੁਣ ਕਦੇ ਗੱਲਾਂ ਬਾਤਾਂ ਨਹੀਂ ਕੀਤੀਆਂ ਗਈਆਂ ਆਪਣੇ ਇਕੱਠੇ ਹੋ ਕੇ। ਸ਼ੁਕਰ ਆ, ਸ਼ੁਕਰ ਆ ਜਿਹੜਾ ਤੁਹਾਨੂੰ ਮੈਂ ਵੀ ਯਾਦ ਹੈਗੀ ਹਾਂ ਵੀ ਮੈਂ ਇਸ ਘਰ 'ਚ ਰਹਿੰਦੀ ਹਾਂ। ਲੈ ਮਨਪ੍ਰੀਤ ਤੁਸੀਂ ਯਾਰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਮੈਂ ਤਾਂ ਤੁਹਾਨੂੰ ਇਸ ਘਰੇ ਵਿਆਹ ਕੇ ਲੈ ਕੇ ਆਇਆ, ਮੈਂ ਭਲਾ ਤੁਹਾਨੂੰ ਕਿਵੇਂ ਭੁੱਲ ਸਕਦਾ? ਤੁਸੀਂ ਕਿ ਯਾਰ ਕੋਈ ਪੈਨ ਪੈਨਸਲ ਲਓ ਵੀ ਤੁਹਾਨੂੰ ਮੈਂ ਰੱਖ ਕੇ ਭੁੱਲ ਜੂੰਗਾ। ਬੋਲੀ ਕਿਹੋ ਜਿਹੀਆਂ ਗੱਲਾਂ ਕਰਦੀ ਆ, ਜਾ ਮਨਪ੍ਰੀਤ ਕਿਵੇਂ ਖੜਖੜਾ ਸੀ ਜਾਂਦੇ ਆ।
ਤੁਹਾਡੀਆਂ ਹਿੰਮਤ ਸੀ ਨਾ ਬਾਹਲਾ ਦਿਨ ਨਹੀਂ ਚੱਲਣੀਆਂ ਹੈਗੀਆਂ। ਮਨਪ੍ਰੀਤ ਤੂੰ ਤਾਂ ਪੁੱਠੀ ਗਿਣਤੀ ਗਿਣਨਾ ਸ਼ੁਰੂ ਕਰ ਦੇ ਕਿਉਂਕਿ ਤੂੰ ਹੁਣ ਬਾਹਲੇ ਦਿਨ ਨਹੀਂ ਹੈਗੇ ਇਸ ਘਰੇ। ਨਾ ਤੂੰ ਕੁਛ ਕਰੇਂਗੀ ਕਿ ਨਾ ਕਿ ਇਹਨਾਂ ਕੰਨੀਓਂ ਦੇਖੀ ਜਾਵੇਂਗੀ। ਆ ਜਾਓ ਮਾਸੀ ਜੀ ਤੁਹਾਨੂੰ ਮੈਂ ਦੱਸਦੀ। ਆਂਟੀ ਜੀ ਮੈਂ ਉਹਨਾਂ ਨੂੰ ਸਿਰਫ ਦੇਖ ਹੀ ਨਹੀਂ ਰਹੀ ਸੀ, ਮੈਂ ਤਾਂ ਸਕੀਮ ਲਾਈ ਬੈਠੀ ਹਾਂ, ਪਰ ਹੁਣ ਥੋੜ੍ਹਾ ਬਹੁਤ ਟਾਈਮ ਤਾਂ ਲੱਗਦਾ ਹੀ ਆ। ਬਹੁਤ ਚਿਰ ਹੋ ਗਿਆ ਪੁੱਤ ਮੈਨੂੰ ਸੁਣਦੀ, ਪਰ ਇਹਨੂੰ ਘਰੋਂ ਕੱਢਣ ਵਾਲੀ ਸਕੀਮ ਕਦੋਂ ਲਾਵੇਂਗੀ? ਤੂੰ ਤਾਂ ਕਹੀ ਤਾਂ ਜਾਂਦੀ ਆ ਬਣਦਾ ਤਾਂ ਤੇਰੇ ਤੋਂ ਕੁਛ ਨਹੀਂ। ਥੋੜ੍ਹਾ ਟਾਈਮ ਹੋਰ ਬਸ, ਫਿਰ ਮਨਪ੍ਰੀਤ ਦੀ ਜਗ੍ਹਾ ਮੈਂ ਤੁਹਾਡੀ ਨੂੰਹ ਹੋਊਂਗੀ। ਉਹ ਮਨਪ੍ਰੀਤ ਤੂੰ ਹਜੇ ਤੱਕ ਝਾੜੂ ਹੀ ਮਰੀ ਜਾਂਦੀ ਯਾਰ, ਦੇਖੀ ਮੈਂ ਕੰਮ ਤੇ ਜਾਣਾ ਯਾਰ, ਮੈਂ ਲੇਟ ਹੋਈ ਜਾਂਦਾ। ਤੁਸੀਂ ਕੰਮ ਤੇ ਜਾਂਦੇ ਹੋ? ਲੈ ਹੋਰ ਜਾਂਦਾ ਨਹੀਂ ਹੈਗਾ ਕੰਮ ਤੇ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਅੱਛਾ, ਕਿਉਂਕਿ ਮੈਂ ਇਸ ਘਰ 'ਚ ਨਵੀਂ ਆਈ ਹਾਂ ਨਾ, ਮੈਨੂੰ ਕਾਹਨੂੰ ਪਤਾ ਵੀ ਤੁਸੀਂ ਕੰਮ ਤੇ ਜਾਣਾ ਹੁੰਦਾ। ਠੀਕ ਹੈ ਜੀ, ਮਜ਼ਾਕ ਨਾ ਕਰੋ। ਮੈਨੂੰ ਵੀ ਤੁਸੀਂ ਕੰਮ ਤੇ ਜਾਣਾ, ਤੁਹਾਡੀ ਰੋਟੀ ਪੈਕ ਕਰਕੇ ਤੁਹਾਡੀ ਕਿੱਟ ਦੇ ਵਿੱਚ ਟਿਫਨ ਰੱਖਿਆ ਪਿਆ, ਦੇਖ ਲਿਆ ਕਰੋ ਧਿਆਨ ਨਾਲ, ਫੇਰ ਬੋਲਿਆ ਕਰੋ। ਅੱਛਾ, ਤੁਸੀਂ ਰੱਖ ਵੀ ਦਿੱਤਾ ਪੈਕ ਕਰਕੇ ਕਿੱਟ 'ਚ ਰੋਟੀ? ਉਹ ਯਾਰ ਤੁਸੀਂ ਤਾਂ ਨਾ ਚੇਨਈ ਐਕਸਪ੍ਰੈਸ ਨੂੰ ਵੀ ਤੇਜ਼ ਹੋ। ਕੀ ਯਾਰ ਮਾਫ ਕਰ, ਚਲ ਭੱਜ ਜਾ ਫਿਰ, ਹੁਣ ਟਾਈਮ ਹੋ ਹੀ ਜਾਂਦਾ। ਚਲ ਮੈਂ ਲਿਆਉਣਾ ਕਿੱਟ, ਫਿਰ ਮੈਂ ਚੱਲਦਾ। ਮੈਨੂੰ ਤਾਂ ਐਂ ਸੀ ਮਾਂ ਕਦੇ ਤੁਸੀਂ ਆਹੀ ਕੰਮ ਕਰੀ ਜਾਂਦੇ ਹੋ, ਮੈਂ ਇਹ ਕੰਮ ਤੁਸੀਂ ਨੇ ਕੀਤਾ ਨਹੀਂ ਹੈਗਾ। ਨਾਲੇ ਚਲੋ ਫਿਰ ਮੈਂ ਚੱਲਦਾ, ਤੁਸੀਂ ਆਪਣਾ ਖਿਆਲ ਰੱਖਿਓ। ਨਾਲੇ ਇੱਕ ਗੱਲ ਹੋਰ, ਜੇ ਬੇਬੇ ਕੁਛ ਬੋਲਣਗੇ ਨਾ ਤੁਸੀਂ ਚੁੱਪ ਕਰਕੇ ਸੁਣ ਲਿਓ, ਠੀਕ ਆ? ਨਹੀਂ ਤਾਂ ਉਹੀ ਫਿਰ ਵਾਧੂ ਦਾ ਕਲੇਸ਼ ਹੋ ਜਾਊਗਾ ਦੁਬਾਰੇ ਘਰੇ। ਠੀਕ ਆ ਜੀ, ਤੁਸੀਂ ਡੋਂਟ ਵਰੀ ਹੋ ਕੇ ਆਪਦੇ ਕੰਮ ਤੇ ਜਾਓ, ਤੇ ਜੇ ਮੰਮੀ ਮੇਰੇ ਨਾਲ ਲੜਨ ਵੀ ਲੱਗੀ ਤਾਂ ਮੈਂ ਆਪਦੀ ਸਾਸੂ ਮਾਂ ਨੂੰ ਨਾ ਗਰਮ ਗਰਮ ਚਾਹ ਕਰਕੇ ਪਿਆ ਦੂੰਗੀ ਪਹਿਲਾਂ, ਤਾਂ ਫੇਰ ਕਹੂੰਗੀ ਵੀ ਹੁਣ ਲੜ ਲਓ ਜੇ ਲੜਨਾ ਹੈ ਤਾਂ। ਉਹ ਮਨਪ੍ਰੀਤ ਤੁਸੀਂ ਵੀ ਨਾ ਸਵੇਰੇ ਸਵੇਰੇ ਮਜ਼ਾਕ ਕਰਨ ਲੱਗੇ ਨੂੰ ਯਾਰ। ਚਲੋ ਮੈਂ ਤਾਂ ਚੱਲਦਾ, ਤੁਹਾਡੇ ਤਾਂ ਗੱਲਾਂ ਹੀ ਨਹੀਂ ਮੁੱਕਦੀਆਂ ਹੈਗੀਆਂ। ਹਾਂ ਵਾਹ ਵਾਹ, ਗੱਲਾਂ ਆਪ ਕਰਦੇ ਆ ਮੇਰੇ ਨਾਲ, ਤੇ ਉਲਟਾ ਇਲਜ਼ਾਮ ਵੀ ਮੇਰੇ ਤੇ ਲਾਉਂਦੇ ਆ ਵੀ ਗੱਲਾਂ ਤੇਰੀਆਂ ਨਹੀਂ ਮੁੱਕਦੀਆਂ। ਸ਼ਾਬਾਸ਼ ਹੈ ਤੁਹਾਡੇ। ਹੋਰ ਕੀ ਗੱਲ ਹੈ ਫਿਰ, ਸੱਚੀ ਨਹੀਂ ਗੱਲਾਂ ਮੁੱਕਦੀਆਂ ਹੈਗੀਆਂ ਤੁਹਾਡੀਆਂ? ਜੱਸੀ ਬੇ, ਬੇ ਜੱਸੀ। ਉਹ ਹਾਂ ਬੇਬੇ, ਫੜ ਪੁੱਤ ਗੱਲ ਸੁਣ ਮੇਰੀ। ਉਹ ਬੇਬੇ ਮੈਂ ਤਾਂ ਪਹਿਲੀ ਲੇਟ ਹੋ ਰਿਹਾ ਮੈਨੂੰ ਜਾਣ ਲੈਣ ਦੇ ਕੰਮ ਤੇ। ਨਾ ਮਨਪ੍ਰੀਤ ਨਾਲ ਤਾਂ ਤੈਨੂੰ ਘੰਟਾ ਹੋ ਗਿਆ ਗੱਲਾਂ ਕਰਦੇ ਨੂੰ, ਜਦ ਮਾਂ ਨੇ ਆਵਾਜ਼ ਮਾਰ ਲਈ ਫੇਰ ਕਹਿੰਦਾ ਮੈਂ ਲੇਟ ਹੋ ਰਿਹਾ। ਚੱਲ ਕੋਈ ਨਾ ਬੇਬੇ, ਦੱਸ ਕੀ ਕੰਮ ਆ, ਕੰਮ ਦੱਸ ਤੂੰ। ਪੁੱਤ ਮੈਂ ਤਾਂ ਐਂ ਕਹਿੰਦੀ, ਤੂੰ ਸ਼ਹਿਰ ਜਾ ਰਿਹਾ ਨਾ, ਕੁੜੀ ਨੂੰ ਨਾਲ ਲੈ ਜੀ। ਪਰ ਮੰਮੀ ਜੀ, ਤੈਨੂੰ ਵਿੱਚ ਬੋਲਣ ਨੂੰ ਕਿਹਨੇ ਕਿਹਾ? ਮੈਂ ਆਪਦੇ ਮੁੰਡੇ ਨਾਲ ਗੱਲ ਕਰ ਰਹੀ ਹਾਂ। ਮੈਂ ਤੈਨੂੰ ਐਂ ਕਹਿੰਦੀ ਹਾਂ ਪੁੱਤ, ਉਹ ਨਵੀਂ ਨਵੀਂ ਹੈ, ਉਹਨੂੰ ਇੰਨਾ ਪਤਾ ਨਹੀਂ ਹੈਗਾ। ਜਦ ਤੂੰ ਸ਼ਹਿਰ ਜਾਂਦਾ ਹੁੰਦਾ ਨਾਲ ਹੀ ਲੈ ਜਾ ਕਰ, ਨਾਲ ਹੀ ਲਿਆਇਆ ਕਰ, ਕਿੱਥੇ ਵਿਚਾਰੀ ਬੱਸਾਂ 'ਚ ਧੱਕੇ ਖਾਂਦੀ ਫਿਰੂਗੀ, ਨਵੀਂ ਨਵੀਂ ਆਈ ਹੈਗੀ। ਰਮਨ ਆ ਜਾ ਪੁੱਤ, ਜੱਸੀ ਜਾ ਰਿਹਾ ਹੈਗਾ, ਇਹਦੇ ਨਾਲ ਹੀ ਵਗ ਜਾ ਤੂੰ। ਹਾਂਜੀ ਹਾਂ ਬੇਬੇ, ਬੁਲਾ ਲਓ ਫਿਰ ਛੇਤੀ, ਫਿਰ ਮੈਂ ਜਾਣਾ, ਲੇਟ ਹੋ ਜਾਂਦਾ। ਆਂਟੀ ਮੈਂ ਤੈਅ ਹੋ ਰਹੀ ਸੀਗੀ, ਚਲੋ ਜੱਸੀ ਚੱਲੀਏ ਆਪਾਂ। ਹਾਂ ਆ ਜੂ ਹੀ ਚੱਲੀਏ ਫਿਰ, ਆ ਮੋਟਰਸਾਈਕਲ ਕੱਢ ਲਾ ਮੈਂ, ਚੱਲਦੇ ਫਿਰ। ਬਾਜੂ ਜੀ ਨਾ, ਤੂੰ ਕੀ ਬਿਟਰ ਬਿਟਰ ਝਾਕੀ ਜਾਂਦੇ ਖੜੀ, ਕਰ ਲੈ ਕੰਮ ਕੋਈ। ਜਿਹੜਾ ਕੁਛ ਮੈਂ ਸੋਚੀ ਜਾਂਦੀ ਹਾਂ, ਜੇ ਕਿਤੇ ਉਹ ਗੱਲ ਸੱਚ ਹੋਵੇ। ਵੈਸੇ ਵੀ ਅੱਜ ਕੱਲ੍ਹ ਨਾ ਇਹ ਕੁੜੀ ਬਹੁਤ ਹੀ ਜੱਸੀ ਦਾ ਨਾਮ ਜ਼ਿਆਦਾ ਹੀ ਜਪਦੀ ਹੈ, ਜੱਸੀ ਜੱਸੀ ਕਰਦੀ ਰਹਿੰਦੀ ਆ ਹਰ ਵੇਲੇ, ਜਦੋਂ ਮਰਜ਼ੀ ਦੇਖ ਲਾਂ। ਪਰ ਨਹੀਂ, ਇਹੋ ਜਿਹੀ ਗੱਲ ਨਹੀਂ ਹੋ ਸਕਦੀ। ਮੈਂ ਵੀ ਨਾ ਪਤਾ ਨਹੀਂ ਆਪਦੇ ਦਿਮਾਗ 'ਚ ਕੀ ਪੁੱਠੀਆਂ ਸਿੱਧੀਆਂ ਗੱਲਾਂ ਲੈ ਕੇ ਆਈ ਜਾਂਦੀ ਹਾਂ, ਪਰ ਮੇਰਾ ਵੀ ਕੀ ਕਸੂਰ ਆ।
ਘਰ ਵਾਲੀਆਂ ਦਾ ਦਿਲ ਹੁੰਦਾ ਹੀ ਪਤਾ ਨਹੀਂ ਕਿਹੋ ਜਿਹਾ। ਆਪਦੇ ਘਰ ਵਾਲੇ ਨੂੰ ਕਿਸੇ ਓਪਰੀ ਗੁੱਡੀ ਨਾਲ ਤਾਂ ਜਮਾਂ ਹੀ ਨਹੀਂ ਦੇਖ ਸਕਦੀਆਂ, ਪਰ ਮੇਰਾ ਜੱਸੀ ਇਹੋ ਜਿਹਾ ਨਹੀਂ ਹੈਗਾ। ਮੈਨੂੰ ਉਹ 'ਤੇ ਪੂਰਾ ਪੂਰਾ ਯਕੀਨ ਆ। ਜੱਸੀ ਬਸ ਇੱਥੇ ਉਤਾਰ ਦਿਓ। ਨਹੀਂ ਨਹੀਂ ਕੋਈ ਗੱਲ ਨਹੀਂ, ਇੱਥੇ ਮੇਰੀ ਫਰੈਂਡ ਆਊਗੀ, ਫਿਰ ਅਸੀਂ ਇਕੱਠੇ ਹੀ ਚਲੇ ਜਾਵਾਂਗੇ। ਚਲੋ ਠੀਕ ਹੈ ਜੀ, ਫਿਰ ਧਿਆਨ ਨਾਲ ਜਾਇਓ। ਓਕੇ ਠੀਕ ਹੈ। ਚਲ ਸ਼ੁਕਰਾ, ਮੈਂ ਬਹਾਨਾ ਲਾ ਕੇ ਇੱਥੇ ਉਤਰ ਗਈ, ਨਹੀਂ ਮੈਂ ਜੱਸੀ ਨੂੰ ਕੀ ਦੱਸਦੀ ਵੀ ਮੈਂ ਕਿਹੜੇ ਸੈਂਟਰ 'ਚ ਪੜ੍ਹਦੀ ਹਾਂ। ਹੁਣ ਟਾਈਮ ਆ ਅਗਲੀ ਚਾਲ ਚੱਲਣ ਦਾ। ਚੱਲ ਮੈਂ ਵੀ ਹੁਣ ਚੱਲਦੀ ਹਾਂ। ਨਹੀਂ ਕਰਦੀ ਹਾਂ, ਹੁਣ ਤਾਂ ਮੈਂ ਫ੍ਰੀ ਹਾਂ, ਦੀਦੀ ਨੂੰ ਕਾਲ ਕਰ ਲੈਂਦੀ ਹਾਂ, ਨਾਲੇ ਮੇਰੀ ਗੱਲ ਵੀ ਨਹੀਂ ਹੋਈ ਉਹਨਾਂ ਨਾਲ। ਹੈਲੋ ਹੈਲੋ, ਸ਼ੁਕਰ ਹੈ ਮਨਪ੍ਰੀਤ ਤੁਸੀਂ ਆਪ ਹੀ ਫੋਨ ਲਾ ਲਿਆ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ। ਹਾਂਜੀ ਭੈਣ ਦੱਸੋ। ਮਨਪ੍ਰੀਤ ਮੈਂ ਇਹ ਚਾਹੁੰਦੀ ਹਾਂ ਵੀ ਤੂੰ ਜੱਸੀ ਅਤੇ ਮਾਸੀ ਨੂੰ ਤੇਰੇ ਵੀਰੇ ਅਤੇ ਮੇਰੇ ਨਾਲ ਇੱਕ ਵਾਰ ਮਿਲਵਾ ਦੇ। ਪਰ ਭੈਣੇ ਮੈਂ ਇਹ ਸਾਰਾ ਕੁਛ ਕਿਵੇਂ ਕਰ ਸਕਦੀ ਹਾਂ? ਦੇਖ ਮਨਪ੍ਰੀਤ ਤੂੰ ਕੁਛ ਵੀ ਕਰ ਸਕਦੀ ਹਾਂ, ਜੱਸੀ ਤੇਰੀ ਗੱਲ ਨਹੀਂ ਟਾਲਦਾ। ਚੱਲ ਤੁਸੀਂ ਮੇਰੀ ਗੱਲ ਸੁਣੋ, ਪਹਿਲਾਂ ਆਪਾਂ ਮਿਲ ਲੈਂਦੇ ਹਾਂ, ਕੁਝ ਸ਼ਾਮ ਨੂੰ ਦੱਸ ਸਾਨੂੰ ਕਿੱਥੇ ਮਿਲ ਸਕਦੀ ਹੈ। ਹਾਂਜੀ ਚਲੋ ਇਹ ਠੀਕ ਆ, ਕੋਈ ਨਹੀਂ ਆਪਾਂ ਸ਼ਾਮ ਨੂੰ ਮਿਲ ਲੈਂਦੇ ਹਾਂ, ਤੁਸੀਂ ਮੈਨੂੰ ਦੱਸ ਦਿਓ ਵੀ ਕਿੱਥੇ ਆਉਣਾ, ਮੈਂ ਉੱਥੇ ਹੀ ਆ ਜਾਊਂ। ਪਰ ਪਲੀਜ਼ ਤੁਸੀਂ ਆਪ ਨਾ ਲੇਟ ਹੋਇਓ, ਕਿਉਂਕਿ ਤੁਹਾਨੂੰ ਪਤਾ ਜੱਸੀ ਨੇ ਟਾਈਮ ਸਿਰ ਘਰ ਆ ਜਾਣਾ ਹੁੰਦਾ। ਕੋਈ ਗੱਲ ਨਹੀਂ, ਚੱਲ ਫਿਰ ਮੈਂ ਸ਼ਾਮ ਨੂੰ ਮਿਲਦੀ ਤੈਨੂੰ, ਮੈਂ ਤੈਨੂੰ ਐਡਰੈਸ ਮੈਸੇਜ ਕਰ ਦੂੰਗੀ। ਲੈ ਇਹ ਕੰਮ ਤਾਂ ਹੋ ਗਿਆ। ਉਹ ਸੱਚ ਮਨਪ੍ਰੀਤ ਨੂੰ ਪੁੱਛਦਾ ਸਹੀ ਮੈਂ ਵੀ ਘਰ ਇਸ ਤੋਂ ਬਾਅਦ ਬੇਬੀ ਕੁਛ ਬੋਲੀ ਤਾਂ ਨਹੀਂ ਉਹਨਾਂ ਨੂੰ। ਲੈ ਕਰਦਾ ਫੋਨ ਇੱਕ ਵਾਰ ਮਨਪ੍ਰੀਤ ਨੂੰ। ਕਿਸੇ ਦੂਜੀ ਕਾਲ ਤੇ ਵਿਅਸਤ ਹੈ, ਕਿਰਪਾ ਕਰਕੇ ਇੰਤਜ਼ਾਰ ਕਰੋ। ਹੈਂ ਆਹ ਟਾਈਮ ਕਿੱਧਰ ਬੀਜੀ ਮਨਪ੍ਰੀਤ? ਉਹ ਨਾ ਨਾ ਜੱਸੀ ਤੂੰ ਜ਼ਿਆਦਾ ਸੋਚੀ ਇਹਨਾਂ, ਕੀ ਪਤਾ ਉਹਦੇ ਭਰਾ ਦਾ ਫੋਨ ਆਇਆ ਹੋਵੇ। ਚੱਲ ਘਰ ਜਾ ਕੇ ਦੇਖਦਾ ਫਿਰ ਮੈਂ। ਚੱਲ ਇੰਨਾ ਕੰਮ ਆ ਨਿਬੇੜਦਾ ਜਿਹੜਾ ਰਹਿੰਦਾ। ਲੈ ਵੀ ਰਮਨ ਤੇਰਾ ਕੰਮ ਤਾਂ ਹੁਣ ਹੋ ਗਿਆ, ਬਸ ਹੁਣ ਮੈਨੂੰ ਸ਼ਾਮ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਸਮਝ ਨਹੀਂ ਆਉਂਦੀ ਵੀ ਕੀ ਬਹਾਨਾ ਲਾ ਕੇ ਮੈਂ ਘਰੋਂ ਜਾਵਾਂ, ਉੱਧਰੋਂ ਵੀ ਮੇਰੀ ਵੇਟ ਕਰਦੇ ਹੋਣਗੇ, ਪਰ ਮੈਨੂੰ ਕੋਈ ਨਾ ਕੋਈ ਬਹਾਨਾ ਤਾਂ ਲਾਉਣਾ ਹੀ ਪੈਣਾ ਜੇ ਮੈਂ ਬਾਹਰ ਜਾਣਾ। ਘਰੋਂ ਮੰਮੀ ਨੂੰ ਦੇਖਾਂ, ਮੰਮੀ ਪਤਾ ਨਹੀਂ ਕਿੱਥੇ। ਮੰਮੀ ਮੰਮੀ ਹੈ, ਕੋਈ ਕੁਛ ਬੋਲਦਾ ਹੀ ਨਹੀਂ, ਨਾ ਹਾਂ ਨਾ ਨਾ, ਜਵਾਬ ਹੀ ਨਹੀਂ ਦਿੱਤਾ। ਪੱਕਾ ਮੰਮੀ ਕਿਸੇ ਪਾਸੇ ਵੱਗ ਗਏ ਹੋਣੇ ਆ, ਇਹੀ ਸਹੀ ਸਮਾਂ ਹੈ ਮੇਰੇ ਕੋਲ, ਹੁਣ ਹੁਣ ਘਰੋਂ ਬਾਹਰ ਵੱਗ ਜਾਂਦੀ ਹਾਂ। ਬਾਅਦ 'ਚ ਜੱਸੀ ਅਤੇ ਰਮਨ ਦੇ ਆਉਣ ਦਾ ਟਾਈਮ ਵੀ ਹੋ ਜਾਣਾ, ਜਦੋਂ ਉਹ ਘਰ ਆਉਣਗੇ ਉਹਨਾਂ ਤੋਂ ਪਹਿਲਾਂ ਪਹਿਲਾਂ ਵਾਪਸ ਘਰ ਮੁੜ ਆਉਂਗੀ, ਨਾਲੇ ਹੁਣ ਰੋਕਣ ਨੂੰ ਮੰਮੀ ਵੀ ਹੈ ਨਹੀਂ। ਹਲੇ ਤੱਕ ਨਹੀਂ ਆਇਆ ਹੈਗਾ ਜੱਸੀ, ਕਿੰਨਾ ਲੇਟ ਹੋ ਗਿਆ, ਸਾਰੀ ਸਕੀਮ 'ਚ ਪਾਣੀ ਫਿਰ ਜੂਗਾ ਜੇ ਨਾ ਆਇਆ ਟਾਈਮ ਨਾਲ। ਅੱਜ ਵੀ ਚੱਲੀਏ।
ਆ ਗਏ ਤੁਸੀਂ? ਇੰਨਾ ਲੇਟ ਹੋ ਗਏ, ਮੈਂ ਪਤਾ ਕਦੋਂ ਦੀ ਵੇਟ ਕਰ ਰਹੀ ਹਾਂ। ਮੇਰੇ ਕੋਲ ਤਾਂ ਤੁਹਾਡਾ ਨੰਬਰ ਵੀ ਹੈ ਨੀਗਾ ਜਿਹੜਾ ਮੈਂ ਫੋਨ ਲਾ ਕੇ ਪੁੱਛ ਲੈਂਦੀ। ਉਹ ਬਸ ਜੀ ਨਿਕਲਦੇ ਟਾਈਮ ਲੱਗ ਗਿਆ। ਆਜੋ ਬਹਿ ਜਾਓ, ਬਸ ਚੱਲਦੇ ਫਿਰ ਆਪਾਂ। ਚਲੋ ਰੁਕੋ 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 ਰੁਕੋ। ਹਾਂਜੀ ਕੀ ਹੋ ਗਿਆ? ਉਹ ਦੇਖੋ ਮਨਪ੍ਰੀਤ। ਸਿਰਫ ਮਨਪ੍ਰੀਤ ਹੀ ਨਹੀਂ, ਉਹਦੇ ਨਾਲ ਹੋਰ ਕੌਣ? ਹਾਂ ਰਮਨ, ਮਨਪ੍ਰੀਤ ਹੀ ਇਹ। ਇਹਦੇ ਕੋਲ ਆ ਮੁੰਡਾ ਖੜਾ, ਕੀ ਕਰਦਾ? ਜਾ ਕੇ ਦੇਖਦੇ ਆਪਾਂ। ਹਾਂਜੀ ਆ ਜਾਓ, ਦੇਖੀਏ ਜਾ ਕੇ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ। ਤਾਂ ਗਰੀਬ ਕੁੜੀ ਨਾਲ ਪਿਆਰ, ਉਹਦੇ ਪਾਠ ਹਜੇ ਦੋ ਪੈਂਡਿੰਗ ਨੇ, ਉਹ ਵੀ ਜਲਦੀ ਆਉਣਗੇ। ਤੁਸੀਂ ਇਵੇਂ ਪਿਆਰ ਦਿਓ। ਅਤੇ ਜਿਨ੍ਹਾਂ ਨੇ ਸਾਡੀ ਪਿਛਲੀ ਸਿੰਗਲ ਵੀਡੀਓ, ਤਾਂ ਇਹ ਸਿੰਗਲ ਵੀਡੀਓ ਸੀ ਆਪਣੀ ਕਿ ਪਾਠ ਸੀ? ਚਲੋ ਕੁਛ ਵੀ ਸੀ, ਚਾਹੇ ਪਾਠ ਸੀ ਚਾਹੇ ਸਿੰਗਲ ਵੀਡੀਓ ਸੀ, ਸਾਨੂੰ ਯਾਦ ਨਹੀਂ। ਜਿਨ੍ਹਾਂ ਨੇ ਉਹਦੇ 'ਤੇ ਪਹਿਲੇ 15 ਕਮੈਂਟ ਕੀਤੇ ਨੇ ਉਹਨਾਂ ਦੇ ਨਾਮ ਸੇਬੀ ਮਾਹੀ, ਅਮਨਪ੍ਰੀਤ, ਸੁਖਦੀਪ ਸਿੱਧੂ, ਐਸ ਕੌਰ ਕੌਰ, ਮਨਪ੍ਰੀਤ ਕੌਰ, ਰਾਜ ਭੁੱਲਰ, ਰਜਵੰਤ ਕੌਰ, ਕਿਰਨਪਾਲ ਕੌਰ, ਅਭਿਯੁਤ ਯਾਦਵ, ਕੁਲਦੀਪ ਸਿੱਧੂ, ਅਮਨਦੀਪ ਕੌਰ, ਅਰਮਾਨਜੋਤ, ਅਤੇ ਹਰਮੇਲ ਕੌਰ, ਬਿੱਕਰ ਸਿੰਘ, ਔਲਖ ਸਿੰਘ, ਖੁਸ਼ਬੂ, ਇਦੋਂ ਅੱਗੇ ਮਨਦੀਪ ਸਿੰਘ, ਮੰਨਾ ਲੁਬਾਣਾ, ਕੋਮਲਜੀਤ ਕੌਰ, ਚਰਨਜੀਤ ਸੰਧੂ, ਅਤੇ ਮੁਸਕਾਨ ਇਨਸੇਨ, ਰਾਣਾ ਸਿੰਘ, ਚਮਕੌਰ ਸਿੰਘ, ਸਵਰਨਜੀਤ ਕੌਰ, ਵਿਜੇ ਕੁਮਾਰ, ਮਨਦੀਪ ਮੈਨੀਪਾਲ, ਲਾਡੀ ਰੰਧਾਵਾ। ਵੈਸੇ 15 ਤੋਂ ਮੈਨੂੰ ਲੱਗਦਾ ਮੈਂ ਜ਼ਿਆਦਾ ਹੀ ਬੋਲ ਜਾਂਦੀ ਹੁੰਦੀ ਹਾਂ। ਇੱਕ ਹੋਰ ਆਈ ਗੁਰਪਿੰਦਰ ਵਿਰਕ। ਗੁਰਪਿੰਦਰ ਵਿਰਕ, ਥੈਂਕ ਯੂ ਸੋ ਮੱਚ ਜਿਹੜਾ ਤੁਸੀਂ ਸਾਡੀ ਵੀਡੀਓਜ਼ ਨਾਲ ਇੰਨਾ ਪਿਆਰ ਦਿੰਦੇ ਹੋ। ਸਾਡੇ ਚੈਨਲ ਯੂਥ ਡਿਜ਼ਾਇਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਜੇ ਤੁਸੀਂ ਪਹਿਲੀ ਵਾਰੀ ਆਏ ਹੋ ਚੈਨਲ 'ਤੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੈਂਕ ਯੂ।